ਉਦੋਂ ਸੂਬੇ ਦੇ ਵਿੱਚ ਕਰੋਨਾ ਮਹਾਮਾਰੀ ਸ਼ੁਰੂ ਹੋਈ ਉਦੋਂ ਸੂਬੇ ਦੀ ਸਰਕਾਰ ਨੇ ਪੂਰ ਤਨਾਂ ਲਾਕਡਾਊਨ ਕਰ ਦਿੱਤਾ ਲਾਕਡਾਊਨ ਕਰਨ ਦੇ ਨਾਲ ਲੋਕਾਂ ਦੀ ਜਿਹੜੀ ਹੈ ਜ਼ਿੰਦਗੀ ਪੂਰ ਤਨਾਂ ਰੁਕ ਗਈ ਲੋਕ ਆਪਣੇ ਘਰਾਂ 'ਚ ਚਲੇ ਗਏ ਘਰਾਂ 'ਚ ਜਾਣ ਤੇ ਲਈ ਲੋਕਾਂ ਨੂੰ ਜਿਹੜੇ ਘਰ ਦੇ ਵਿੱਚ ਬੈਠੇ ਹੋਏ ਸੀ ਉਹਨਾਂ ਨੂੰ ਜ਼ਰੂਰਤ ਦਾ ਸਮਾਨ ਮੁਹਈਆ ਕਰਵਾਉਣ ਲਈ ਕਈ ਸੰਸਥਾਵਾਂ ਅੱਗੇ ਆਈਆਂ ਜਿਦੇ ਵਿੱਚ ਇੱਕ ਸੰਸਥਾ ਹੈ ਗਈ ਫਿਕਰੇ ਹੁੰਦ ਜੀ ਸੰਸਥਾ ਨੇ ਲਾਕਡਾਊਨ ਦੇ ਦੌਰਾਨ ਕਈ ਧਾਰਮਿਕ ਲੋਕਾਂ ਨੂੰ ਆਪਣੇ ਘਰਾਂ ਦੇ ਪਹੁੰਚਾਇਆ ਜ਼ਰੂਰਤਮੰਦ ਲੋਕਾਂ ਨੂੰ ਰਾਸ਼ਨ ਮੁਹਈਆ ਕਰਵਾਇਆ ਇਸੇ ਉੱਤੇ ਗੱਲਬਾਤ ਕਰਾਂਗੇ ਫਿਕਰੇ ਹੁੰਦ ਦੇ ਸੰਚਾਲਕ ਦੇ ਜਿਹੜੇ ਸੰਚਾਲਕ ਹੈ ਉਹਨਾਂ ਦੇ ਨਾਲ ਸਾਡੇ ਨਾਲ ਇਸ ਟਾਈਮ ਮੌਜੂਦ ਹੈ ਲਾਲੀ ਫੋਰਸਸ ਦੇ مالک ਔਰ ਫਿਕਰੇ ਹੁਮ ਦੇ ਸੰਚਾਲਕ ਸੁਖਵਿੰਦਰ ਸਿੰਘ ਲਾਲੀ ਲਾਲੀ ਜੀ ਪਹਿਲਾਂ ਤਾਂ ਦੈਨਿਕ ਸਵੇਰ aí ਤੁਹਾਡਾ ਇੱਕ ਬਾਰ ਫਿਰ ਤੋਂ ਸਵਾਗਤ ਥੈਂਕ ਯੂ ਵੈਰੀ ਮਚੀ ਥੈਂਕ ਯੂ ਲਾਲੀ ਜੀ ਇਹ ਜਿਹੜੀ ਤੁਸੀਂ ਸੰਸਥਾ ਬਣਾਈ ਹੈ ਕਦੋਂ ਇਹ ਸੰਸਥਾ ਬਣਾਈ ਹੈ ਤੇ ਕੀ ਜਰੂਰਤ ਪੈ ਗਈ ਇਹ ਸੰਸਥਾ ਬਣਾਉਣ ਦੀ 2014 ਵਿੱਚ ਇਹ ਸੰਸਥਾ ਸ਼ੁਰੂ ਕੀਤੀ ਸੀ ਉਸ ਤੋਂ ਪਹਿਲਾਂ ਵੀ ਅਸੀਂ ਸਮਾਜਿਕ ਕੰਮ ਕਰਦੇ ਰਹਿੰਦੇ ਆਂ ਟਿੱਲ ਪਾਰਟਿਸ਼ਨ ਹੋ ਗਈ ਜਾਂ ਜਰੂਰਤਮੰਦ ਦੀ ਸੇਵਾ ਕਰਦੇ ਰਹੇ ਅਸੀਂ ਪਰ 14 ਵਿੱਚ ਅਸੀਂ ਇਹ ਕੰਪਨੀ ਰਜਿਸਟਰ ਕਰਾ ਲਈ ਐਨ ਜੀਓ ਫਿਕਰੇ ਹੋਂ ਕਾਉਂਸਲ ਆਫ ਕਨਸਰਨ ਸਿਟੀਜ਼ਨ ਇਹਦਾ ਲੋਗੋ ਵੀ ਤੁਸੀਂ ਦੇਖੋਗੇ ਇੱਕ ਪਾਸੇ ਰੇਤ ਆ ਇੱਕ ਪਾਸੇ ਦਰਖਤ ਨੇ ਤੇ ਪਾਣੀ ਇਹਦਾ ਇੰਗਲਿਸ਼ ਨਾਮ ਸੀ ਕਾਉਂਸਲ ਆਫ ਕਨਸਰਨ ਸਿਟੀਜ਼ਨ ਟ੍ਰਿਪਲ ਸੀ ਸੀ ਦਾ Air ਸੀ ਦਾ Water ਵੀ ਪਲੂਟਿੰਗ ਇਟ ਆਲ ਪਸਾਰਾ ਨੂੰ ਖਰਾਬ ਕਰ ਰਹੇ ਆਂ ਉਸ ਸਮਾਜ ਨੂੰ ਸੁਧਾਰਨ ਲਈ ਜਾਂ ਆਪਣੇ ਬਾਤਾ ਬਨ ਨੂੰ ਸੁਧਾਰਨ ਲਈ ਇਹ ਸੰਸਥਾ ਦੀ ਸ਼ੁਰੂ ਕੀਤੀ ਸੀ। ਇਹ ਸੰਸਥਾ ਦੇ ਵਿੱਚ ਕਿੰਨੇ ਮੈਂਬਰ ਹੈ? ਇਸ ਸੰਸਥਾ ਵਿੱਚ ਇਸ ਟਾਈਮ 130 ਮੈਂਬਰ ਨੇ ਜੀ। ਲਾਕਡਾਊਨ ਦੇ ਦੌਰਾਨ ਤੁਹਾਡੀ ਸੰਸਥਾ ਵੱਲੋਂ ਕੀ ਕੀ ਸੇਵਾ ਨਿਭਾਈਆਂ ਗਈਆਂ? ਜਦੋਂ ਲਾਕਡਾਊਨ ਹੋਇਆ ਜੀ ਉਸ ਤੋਂ ਪਹਿਲਾਂ ਸਭ ਤੋਂ ਪਹਿਲਾਂ ਸਾਨੂੰ ਪਤਾ ਲੱਗਾ ਕਿ ਮਾਸਕ ਦੀ ਬਹੁਤ ਜ਼ਰੂਰਤ ਆ। ਅਸੀਂ ਉਹ ਅਰੇਂਜ ਕੀਤੀਆਂ ਤੇ ਪੀਪੀ ਕਿਟਸ ਵੀ ਅਰੇਂਜ ਕੀਤੀਆਂ। ਕੁਝ ਸ਼ਰਧਾਲੂ ਲਗ ਲਗ ਸਥਾਨਾਂ ਦੇ ਉੱਤੇ ਫਸੇ ਹੋਏ ਸੀ ਆਪਣੇ ਘਰ ਦੇ ਵਿੱਚ ਜਾਣਾ ਚਾਹੁੰਦੇ ਸੀ ਉਹ ਵੀ ਕੋਈ ਸ਼ਰਧਾਲੂਆਂ ਨੂੰ ਤੁਸੀਂ ਉਹਨਾਂ ਦੇ ਘਰ ਤੱਕ ਪਹੁੰਚਾਇਆ ਕਿੱਦਾਂ ਪਹੁੰਚਾਇਆ ਤੇ ਉਹਨਾਂ ਨੂੰ ਕੀ ਕੀ ਮੁਸ਼ਕਲਾਂ ਆਈਆਂ ਤੇ ਉਹ ਸ਼ਰਧਾਲੂ ਕਿੱਥੇ ਸੀਗੇ ਸਾਨੂੰ ਸਾਡੀ ਸੰਸਥਾ ਪ੍ਰਾਣੀ ਹੋਰ ਕਾਰਨ ਲੋਕਾਂ ਕੋਲ ਨੰਬਰ ਸੀਗੇ ਸਾਨੂੰ ਟੈਲੀਫੋਨ ਆਇਆ ਕਿ ਇਹ 60 ਸ਼ਰਧਾਲੂ ਧਾਰਮਿਕ ਸਥਾਨ ਤੇ ਫਸੇ ਹੋਏ ਹਨ ਸਠਾਂ ਦੇ ਨਾਲ ਤੋਂ ਤੇ ਉਹ ਆਪਣੇ ਘਰ ਜਾਣਾ ਚਾਹੁੰਦੇ ਨੇ ਪਰ ਜਾ ਨਹੀਂ ਸਕਦੇ ਅਸੀਂ ਫਿਰ ਪ੍ਰਬੰਧ ਕੀਤਾ ਉਹਨਾਂ ਲਈ ਬੱਸ ਰੇਂਜ ਕੀਤੀ ਉਹਨਾਂ ਦੇ ਪਾਸ ਬਣਵਾਏ ਤੇ ਉਹਨਾਂ ਨੂੰ ਅਸੀਂ ਘਰ ਪਹੁੰਚਾਇਆ ਤੇ ਉਹਨਾਂ ਕੋ ਕੈਸ਼ ਵੀ ਨਹੀਂ ਸੀ ਕਰਾਇ ਲਈ ਉਹ ਵੀ ਸਾਡੀ ਸੰਸਥਾ ਨੇ ਅਰੇਂਜ ਕੀਤਾ ਸਾਨੂੰ ਇਹ ਪਤਾ ਲੱਗਾ ਜਦੋਂ ਤੁਹਾਡੀ ਸੰਸਥਾ ਦੇ ਜਿਹੜੇ ਲੋਕ ਹੈਗੇ ਆ ਉਹਨਾਂ ਦੀ ਜਿਹੜੀ ਮੁਸ਼ਕਲਾਂ ਸੁਣਨ ਗਏ ਸੀਗੇ ਜਦੋਂ ਉਹਨਾਂ ਦੀਆਂ ਮੁਸ਼ਕਲਾਂ ਸੁਨੀਆਂ ਤੇ ਥੋੜੇ ਭਾਬੁਕ ਜੇ ਹੋ ਗਏ ਸੀ ਕਿੰਦਾਂ ਦੀਆਂ ਮੁਸ਼ਕਲਾਂ ਉਹਨਾਂ ਨੇ ਤੁਹਾਨੂੰ ਦੱਸੀਆਂ ਸੀਗੀਆਂ ਮੁਸ਼ਕਲਾ ਜੀ ਉਹਨਾਂ ਨੂੰ ਇਸ ਤਰ੍ਹਾਂ ਸੀਗਾ ਕਿ 60 ਦਿਨ ਘਰ ਤੋਂ ਬਾਹਰ ਰਹਿਣਾ ਜਿਹੜੇ ਸਦਾਲੂ ਆਏ ਤਾਂ ਸੀਗੇ 2-4 ਦਿਨ ਲਈ ਉਹ ਸਟਕ ਹੋ ਗਏ ਉਹਨਾਂ ਨੂੰ ਖਾਣੇ ਦੀ ਕੋਈ ਪ੍ਰੋਬਲਮ ਨਹੀਂ ਸੀ ਰਹਿਣ ਦੀ ਕੋ ਪ੍ਰੋਬਲਮ ਨਹੀਂ ਸੀ ਉਹਨਾਂ ਨੂੰ ਪ੍ਰੋਬਲਮ ਇਹ ਸੀ ਕਿ ਉਹ ਹੋਮ ਸਿੱਕ ਹੋ ਗਏ ਸੀ ਉਹ ਘਰ ਜਾਣਾ ਚਾਹੁੰਦੇ ਸੀ ਛੋਟੇ ਛੋਟੇ ਬੱਚੇ ਵੀ ਸੀਗੇ ਮਤਲਬ ਸਾਲ-ਸਾਲ ਦੋ-ਦੋ ਸਾਲ ਦੇ ਬੱਚੇ ਵੀ ਸੀਗੇ ਤਾਂ ਉਹ ਉਹਨਾਂ ਨੂੰ ਘਰ ਪਹੁੰਚਣਾ ਚਾਹੁੰਦੇ ਸੀ ਤੇ ਉਹ ਪਹੁੰਚ ਨਹੀਂ ਸਕਦੇ ਜਿਹਦਾ ਪ੍ਰਬੰਧ ਫਿਕਰੇ ਹੋਣ ਨੇ ਕੀਤਾ ਮਤਲਬ ਕੁਝ ਸਰਕਾਰ ਦਾ ਵੀ ਫਰਜ਼ ਬੰਦਾ ਸੀ ਸਰਕਾਰ ਦਾ ਵੀ ਫਰਜ਼ ਬੰਦਾ ਸੀ ਕਿ ਉਹਨਾਂ ਨੂੰ ਜਿਹੜੇ ਬੰਦੇ ਪ੍ਰਵਾਸੀ ਹੈਗੇ ਆਪਣੇ ਘਰਾਂ 'ਚ ਜਾਣਾ ਚਾਹੁੰਦੇ ਆ ਘਰ ਨੂੰ ਉਹਨਾਂ ਲਈ ਕੋਈ ਅਰੇਂਜਮੈਂਟ ਕੀਤਾ ਜਾਵੇ ਉਹ ਕਰਦੀ ਵੀ ਰਹੀ ਸਰਕਾਰ ਤੇ ਇਸ ਕੇਸ ਦੇ ਵਜੇ 60 ਦਿਨ ਸਰਧਾਲੂ ਇੱਕ ਸੰਸਥਾ ਇੱਕ ਧਾਰਮਿਕ ਸਥਾਨ ਤੱਕ ਹੋਏ ਨੇ ਕੋਸ਼ਿਸ਼ ਕਰ ਰਹੇ ਨੇ ਜਿਉਂ ਨਹੀਂ ਪਹੁੰਚਾਇਆ ਜਾ ਰਹੇ ਘਰ ਤਾਂ ਸਰਕਾਰ ਦਾ ਬਹੁਤ ਵੱਡਾ ਫੇਲੀਅਰ ਹੈ ਮਗਰ ਸਰਕਾਰ ਨਵੇਂ ਰੋਜ-ਦੋਜ ਦਾਅਵੇ ਕਰ ਰਹੀ ਸੀ ਇੰਨੀਆਂ ਟ੍ਰੇਨਾਂ ਸੀ ਤੋੜ ਦਿੱਤੀਆਂ ਐਨੇ ਪ੍ਰਵਾਸੀ ਚਲੇ ਗਏ ਇਹਨਾਂ ਨੂੰ ਕਿੱਦਾਂ ਤੁਸੀਂ ਦੇਖਦੇ ਜਿਹੜੇ ਪ੍ਰਵਾਸੀ ਭੇਜੇ ਨੇ ਬਾਅਦ ਚ ਭੇਜੇ ਨੇ ਜੀ ਉਸ ਟਾਈਮੇ ਕੋਈ ਸੁਵਿਧਾ ਨਹੀਂ ਸੀਗੀ ਪਰ ਫਿਰ ਵੀ ਜਿਹੜੀ ਇੱਕ ਮੈਨੂੰ ਭਗਤ ਸਿੰਘ ਦੀ ਗੱਲ ਬੜੀ ਯਾਦ ਆ ਜਿਹੜੀ ਉਹ ਕਹਿੰਦਾ ਸੀ ਕਿ ਅਸੀਂ ਆਜ਼ਾਦ ਹੋਵਾਂਗੇ ਗੋਰਿਆਂ ਤੋਂ ਅਸੀਂ ਕਾਲਿਆਂ ਦੇ ਗੁਲਾਮ ਹੋ ਜਾਵਾਂਗੇ ਅੱਜ ਵੀ ਉਹੀ ਗੱਲ ਆ ਅੱਗੇ ਪੈਸਾ ਜਿਹੜਾ ਇੰਡੀਆ ਦਾ ਸੀਗਾ ਇੰਗਲੈਂਡ ਜਾਂਦਾ ਸੀ ਅੱਜ ਕੱਲ ਆਸਟ੍ਰੇਲੀਆ ਨਿਊਜ਼ੀਲੈਂਡ ਤੇ ਕੈਨੇਡਾ ਜਾ ਰਿਹਾ ਜੀ ਲੀਡਰ ਜਿਹੜੇ ਨੇ ਚੋੜਨੇ ਆਪਣੇ ਘਰ ਬਾਰੇ ਸੋਚਦੇ ਦੇਸ਼ ਬਾਰੇ ਕੋਈ ਨਹੀਂ ਸੋਚਦਾ ਅੱਜ ਤੋਂ ਜੇ ਆਪਾਂ ਆਜ਼ਾਦੀ ਦੀ ਗੱਲ ਕਰੀਏ ਉਸ ਟਾਈਮ ਸਿਵਲ ਹਸਪਤਾਲ ਅੱਜ ਨਾਲੋਂ ਚੰਗੇ ਸੀ ਜਿਹੜੇ ਸਰਕਾਰੀ ਸਕੂਲ ਆ ਅੱਜ ਨਾਲੋਂ ਚੰਗੇ ਸੀ ਇਹ ਸਰਕਾਰ ਦਾ ਪੂਰੀ ਪੂਰਾ ਫੇਲਿਅਰ ਆ ਬੜੀ ਸ਼ਰਮ ਦੀ ਗੱਲ ਆ ਕਿ ਅਸੀਂ ਰੋਡ ਟੈਕਸ ਦਿੰਦੇ ਆ ਫੇਰ ਅਸੀਂ ਟੋਲ ਟੈਕਸ ਦਿੰਦੇ ਆ ਤੇ ਅੱਜ ਦੀ ਡੇਟ ਵਿੱਚ ਵੀ 70 ਸਾਲ ਬਾਅਦ ਵੀ ਨਾ ਦਿੱਲੀ ਨੂੰ ਸਾਬਤ ਸੜਕ ਹੈਗੀ ਨਾ ਚੰਡੀਗੜ੍ਹ ਨੂੰ ਇਹ ਸਰਕਾਰ ਨੇ ਪਾਰਟੀ ਕੋਈ ਵੀ ਹੋਵੇ ਆਪਣੇ ਘਰਾਂ ਦਾ ਸੋਚਦੇ ਆ ਜਨਤਾ ਦਾ ਕੋਈ ਨਹੀਂ ਸੋਚ ਰਿਆ ਜਿਹੜਾ ਤੁਸੀਂ ਸੜਕਾਂ ਦੀ ਗੱਲ ਕੀਤੀ ਹੈ ਸੜਕਾਂ ਦੀ ਤੁਸੀਂ ਹਾਈਵੇ ਦੀ ਗੱਲ ਕੀਤੀ ਹੈ ਹਾਈਵੇ ਦੀ ਗੱਲ ਛੱਡੋ ਸ਼ਹਿਰਾਂ ਦੇ ਅੰਦਰ ਵੀ ਸੜਕਾਂ ਸਹੀ ਵੀ ਹਨ ਨਹੀਂ ਗਈਆਂ ਬਿਲਕੁਲ ਸਹੀ ਗੱਲ ਹੈ ਜੀ ਸ਼ਹਿਰਾਂ ਵਿੱਚ ਵੀ ਬੁਰਾ ਹਾਲ ਹੈ ਜੀ ਅੱਗੇ ਸ਼ਹਿਰ ਸਾਫ਼ ਸੀਗੇ ਸਫਾਈ ਵੀ ਸੀਗੀ ਸੜਕਾਂ ਵੀ ਸਾਬਤ ਸੀਗੀਆਂ ਏ ਮੇਰੀ ਜੇ ਮੈਂ ਗੱਲ ਕਰਾਂ 84th ਮੈਂ ਇਹ ਵੀ ਕਾਲਜ ਹੁੰਦਾ ਸੀ ਉਸ ਟਾਈਮ ਸੜਕਾਂ ਵਧੀਆ ਸੀ ਅੱਜ ਨਾ ਪੋਲੂਸ਼ਨ ਵੀ ਨਹੀਂ ਸੀ ਅੱਜ ਦੇਖਿਆ ਜਾਵੇ ਏ 170 73 ਦੇ ਜਲੰਧਰ ਆ ਜੀ ਜਲੰਧਰ ਨੰਬਰ 1 ਸ਼ਹਿਰ ਹੁੰਦਾ ਸੀ ਪੰਜਾਬ ਦਾ ਇਸ ਟਾਈਮ ਸਭ ਤੋਂ ਮਾੜਾ ਸ਼ਹਿਰ ਆ ਇਹਦੇ ਵਿੱਚ ਮੈਂ ਕਹਾਂਗਾ ਲੀਡਰ ਚੋਰ ਹੈਗੇ ਬੱਕਰੀ ਗੱਲ ਆ ਪਰ ਜਲੰਧਰ ਦੇ ਸਭ ਨਾਲ ਮਾੜੇ ਨੇ ਕਿਉਂਕਿ ਪੰਜਾਬ ਦਾ ਸਭ ਤੋਂ ਮਾੜਾ ਸ਼ਹਿਰ ਅੱਜ ਸਮਝ ਜਲੰਧਰ ਪੋਲੂਸ਼ਨ ਦੇਖੀ ਇਹਦਾ ਗੱਲ ਜਲੰਧਰ ਦੀ ਚੱਲਦੀ ਪਈ ਹੈ ਜਲੰਧਰ ਦੇ ਵਿੱਚ ਅੱਧਾ ਘੰਟਾ ਬਰਸਾਤ ਹੋ ਜਾਵੇ ਤਾਂ ਲੋਕਾਂ ਨੂੰ ਸੜਕ ਲਬਣੀ ਪੈਂਦੀ ਆ ਸੜਕ ਹੈ ਕਿੱਥੇ ਤੇ ਜਾਈਏ ਕਿਧਰੋਂ ਤੁਹਾਡੀ ਗੱਲ 100% ਸਹੀ ਆ ਜੀ ਉਹਦੇ ਵਿੱਚ ਫੇਰ ਕਮ ਸਰਕਾਰਾਂ ਦਾ ਤੁਹਾਡਾ ਸਾਡਾ ਕੰਮ ਆ ਜੀ ਟੈਕਸ ਪੇ ਕਰਨਾ ਹਾਊਸ ਟੈਕਸ ਪੇ ਕਰਨਾ ਵੋਟਰ ਐਂਡ ਸੀਵਰੇਜ ਦੇ ਬਿੱਲ ਆਪਾਂ ਭਰ ਰਹੇ ਆ ਉਹਦੇ ਵਿੱਚ ਹੈਰਾਨੀ ਦੀ ਗੱਲ ਆ ਕੁ ਰੋਡ ਦੇ ਉੱਤੇ ਇੱਕ ਦਿਨ ਮੈਂ ਜਾ ਰਿਹਾ ਸੀ ਤਾਂ ਮੈਂ ਇੱਕ ਜਿਹੜੀ ਸਕਿੰਗ ਮਸ਼ੀਨ ਹੁੰਦੀ ਨਾ ਡਰੇਨ ਸਾਫ਼ ਕਰਨ ਵਾਲੀ ਉਹ ਆਪਣੀ ਗਾਰ ਪਾਰੀ ਸੀ ਕੂਰ ਰੋਡ ਆਰਾਊਂਡ 4 5 ਨੰਬਰ ਹਾਊਸ ਦੇ ਮੋੜੇ ਟ੍ਰੇਨ ਦੇ ਵਿੱਚ ਦੁਆਰਾ ਮੈਨੂੰ ਰੋਕਿਆ ਮੇਰੇ ਕੋ ਫੋਟੋਗ੍ਰਾਫ ਪਈਆਂ ਉਹਨਾਂ ਦੀਆਂ ਉਹਨਾਂ ਨੇ ਬੱਸ ਸਟੈਂਡ ਤੋਂ ਗਾਰ ਕੱਢੀ ਆ ਤੇ ਕੂਰ ਰੋਡ 'ਚ ਪਾ ਰਹੇ ਸੀ ਉਹ ਕੀ ਕਰ ਰਹੇ ਸੀ ਕਿ ਇੱਕ ਤਾਂ ਸਰਕਾਰ ਤੋਂ ਪੈਸਾ ਉੱਥੋਂ ਲੈ ਲਿਆ ਉਹ ਨਹੀਂ ਬੱਸ ਸਟੈਂਡ ਤੋਂ ਸਾਫ਼ ਕਰਨ ਦਾ ਉਹ ਲਿਆ ਕੇ ਪਾਤਾ ਕੂਰ ਰੋਡ ਤੇ ਹੁਣ ਕੱਲ ਨੂੰ ਕੈਮਰਾਮੈਨ ਦੇਖੋ ਜੀ ਬਲੌਕ ਹੋਇਆ ਉਹ ਪੈਸੇ ਉੱਥੋਂ ਲੈ ਜਾਣੇ ਆ ਉਹਦਾ ਇੱਕ ਤਾਂ ਕੰਟਰੈਕਟ ਦੁਆਰਾ ਮਿਲ ਗਿਆ ਦੂਸਰੀ ਗੱਲ ਆ ਉਹ ਜਿਹੜਾ ਉਹਦਾ ਡਿਸਪੋਜ਼ ਆਫ ਕਰਨਾ ਸੀ ਪ੍ਰੋਪਰ ਉਹ ਸਹੀ ਜਗ੍ਹਾ ਜਾਨ ਨੂੰ ਖਰਚਾ ਆਉਣਾ ਸੀ ਗੱਡੀ ਜਾਣੀ ਸੀ ਟਾਈਮ ਲੱਗਣਾ ਸੀ ਤੇ ਤੇਲ ਲੱਗਣਾ ਸੀ ਟਾਇਰ ਕਸਣੇ ਸੀ ਉਹ ਸਾਰਾ ਬਚਾ ਗਏ ਇਹ ਇਹ ਮਤਲਬ ਹੈ ਕਿ ਜਿਹੜੇ ਆਪਣੇ ਅਫਸਰ ਆ ਉਹ ਵੀ ਪੂਰਾ ਧਿਆਨ ਨਹੀਂ ਦੇ ਰਹੇ ਉਹ ਤਾਂ ਮੈਂ ਕੰਪਲੇਂਟ ਕੀਤੀ ਸੀ ਐਸ ਐਚਓ ਮੇਰੇ ਖਲ ਬਸ ਸਟੈਂਡ ਬੰਦਾ ਸੀ ਕੁਲ ਉਹਨੂੰ ਉਹ ਉਦੋਂ ਲੈ ਗਏ ਸੀ ਬਾਅਦ ਚ ਪਤਾ ਨਹੀਂ ਕੀ ਹੋਇਆ ਜੀ ਇਹੀ ਕਾਰਨ ਪਿਛਲੇ ਦਿਨੀ ਪੀਰ ਬੋਤਨਾ ਬਾਜ਼ਾਰ ਚ ਵੱਡਾ ਹਾਦਸਾ ਹੋ ਗਿਆ ਪਾਣੀ ਖੜਾ ਸੀਗਾ ਤੁਹਾਨੂੰ ਵੀ ਪਤਾ ਹੋਣਾ ਇੱਕ ਬੇਟੇ ਦੀ ਇੱਕ ਫਾਦਰ ਦੀ ਡੈਥ ਵੀ ਹੋ ਗਈ ਕਿਸ ਨੂੰ ਹਲੀ ਤੱਕ ਉਹਨਾਂ ਦੀ ਕੋਈ ਪ੍ਰਵਾਣੀ ਨਾ ਤਾਂ ਨਗਰ ਨਿਗਮ ਆਪਣੇ ਤੇ ਲੈ ਰਿਆ ਨਾ ਬਿਜਲੀ ਬੋਰਡ ਲੈ ਰਿਆ ਉਹ ਕਹਿੰਦੇ ਨਗਰ ਨਿਗਮ ਦੀ ਗਲਤੀ ਹੈ ਨਗਰ ਨਿਗਮ ਕਹਿੰਦਾ ਬਿਜਲੀ ਬੋਰਡ ਦੀ ਗਲਤੀ ਹੈ ਇਸ ਵਿੱਚ ਗਲਤੀ ਦੋਹਾਂ ਦੀ ਹੈ ਜੀ ਪਹਿਲੀ ਗੱਲ ਪਾਣੀ ਜਵਾ ਨਾ ਹੋਵੇ ਉਹ ਨਗਰ ਨਿਗਮ ਦੀ ਗਲਤੀ ਆ ਬਾਕੀ ਜੇ ਇਦਾਂ ਦੀ ਪ੍ਰੋਬਲਮ ਆਈ ਸੀ ਤਾਂ ਬਿਜਲੀ ਬੋਰਡ ਦਾ ਸਿਸਟਮ ਸਹੀ ਹੁੰਦਾ ਉਹ ਸਰਕਟ ਸ਼ਾਰਟ ਨਹੀਂ ਹੋਣਾ ਸੀ ਲਾਕਡਾਊਨ ਦੇ ਦੌਰਾਨ ਤੁਹਾਨੂੰ ਕਈ ਤੁਸੀਂ ਜਗ੍ਹਾ ਤੇ ਸੇਵਾ ਕੀਤੀ ਆ ਕੋਈ ਮੁਸ਼ਕਲਾ ਵੀ ਆਈਆਂ ਮੁਸ਼ਕਲਾ ਐ ਸੱਚ ਇਹ ਜਿਹੜਾ ਕੰਮ ਅਸੀਂ ਕਰਦੇ ਆ ਇਹਨੂੰ ਐਨ ਜੀਓਸ ਕਹਿੰਦੇ ਨੇ ਨਾਨ ਗਵਰਨਮੈਂਟ ਆਰਗੇਨਾਈਜੇਸ਼ਨਸ ਇਹਨਾਂ ਦਾ ਕੰਮ ਹੁੰਦਾ ਜੋ ਸਰਕਾਰ ਫੇਲ ਹੋ ਜਾਂਦੀ ਆ ਇਹ ਜਰਮਨੀ ਵਿੱਚ ਇੱਕ ਬੜੀ ਵਧੀਆ ਕੋਰਸ ਮੈਂ ਪਿੱਛੇ ਜੇ ਪੜ੍ਹੀ ਸੀ ਉਹ ਕਹਿੰਦੇ ਵੀ ਡੋਂਟ ਡੂ ਚਾਈਲਡੀ ਬੂਏ ਪੇ ਟੈਕਸ ਇਟਸ ਗਵਰਨਮੈਂਟ ਡਿਊਟੀ ਟੂ ਲੁੱਕ ਆਫਟਰ ਅਸ ਇਫ ਦੇ ਡੋਂਟ ਇਟਸ ਅ ਫੇਲਰ ਆਫ ਦਾ ਗਵਰਨਮੈਂਟ ਦੇ ਸ਼ੁੱਡ ਬੀ ਰਿਮੂਵਡ ਸਰਕਾਰ ਦਾ ਕੰਮ ਆ ਜੀ ਨਹੀਂ ਕਰਦੀ ਜੇ ਸ਼ੁੱਡ ਬੀ ਰਿਮੂਵਡ ਪਰ ਕਰੀਏ ਕਿ ਜਿਹੜੀਆਂ ਪਾਰਟੀਆਂ ਹੈਗੀਆਂ ਉਹਨਾਂ ਨੇ ਇੱਕ ਐਗਰੀਮੈਂਟ ਜੇ ਕੀਤਾ ਹੈ ਬਾਰੀਆਂ ਪਾਈਆਂ ਕਦੇ ਉਹ ਆ ਗਏ ਕਦੇ ਉਹ ਆ ਗਏ ਤੇ ਦੇਸ਼ ਦਾ ਬੁਰਾ ਹਾਲ ਹੈ ਜੀ 70 ਨਾਲੋਂ 70 ਸਾਲ ਬਾਅਦ ਆਜ਼ਾਦੀ ਤੋਂ ਬਾਅਦ ਸਾਡਾ ਮਾਲ ਹਾਰਾ ਹੈ ਹਾ ਮਾੜਾ ਹਾਲ ਸਰਕਾਰੀ ਹਸਪੀਟਲ ਦੇ ਵਿੱਚ ਵੀ ਕੋਈ ਸੇਵਾ ਨਹੀਂ ਪਾਈ ਗਈ ਸੀ ਹਾਂ ਸਰਕਾਰੀ ਹਸਪਤਲੇ ਵਿੱਚ ਅਸੀਂ ਮੇਰਾ ਖਿਆਲ ਆ ਕਿ ਇਹ 200 N95 ਮਾਸਕਸ ਅਤੇ 200 ਪੀਪੀ ਕੱਢ ਦਿੱਤੀਆਂ ਉਸ ਤੋਂ ਬਾਅਦ ਨਰਸਿੰਗ ਹੋਮ ਵਿੱਚ ਵੀ ਕੀਤਾ ਦਿੱਤੀਆਂ ਤੇ ਜਿਹੜੀਆਂ ਕਾਉਂਸਲਿੰਗ ਕਰਦੀਆਂ ਲੜਕੀਆਂ ਇਹ ਅਫੈਕਟਡ ਪੇਸ਼IENTS ਨੂੰ ਕੋਵਿਡ ਦੇ ਉਹਨਾਂ ਨੂੰ ਵੀ ਪੀਪੀ ਕਿੱਟਸ ਮੁਹਈਆ ਕੀਤੀਆਂ ਤੇ ਐਨਪੀ95 ਦਿੱਤੇ ਗਏ ਜੀ ਕਸਿਆ ਕੀ ਸਿਵਲ ਹਸਪੀਟਲ ਲਗ ਲਗ ਸਿਵਲ ਹਸਪੀਟਲ ਦੇ ਵਿੱਚ ਪੀਪੀ ਕਟਾ ਮਾਸਕ ਮੁਹੱਈਆ ਤੁਹਾਡੀ ਸੰਸਥਾ ਵੱਲੋਂ ਕਰਵਾਈ ਗਈ ਮਗਰ ਉੱਥੇ ਤਾਂ ਸਰਕਾਰ ਦਾ ਵੀ ਕੰਮ ਸੀ ਨਾ ਕਿ ਜਿਹੜੇ ਲੋਕ ਫਰੰਟਲਾਈਨ ਤੇ ਕੰਮ ਕਰ ਰਹੇ ਆ ਜਿਹੜੇ ਡਾਕਟਰ ਜਾਂ ਨਰਸਿਸ ਪੇਸ਼ੇਂ ਨੂੰ ਚੈੱਕ ਕਰਦੇ ਉਹ ਪੀਪੀ ਕਟਾ ਪਾ ਕੇ ਹੀ ਅੰਦਰ ਜਾਣ ਮਗਰ ਸਰਕਾਰ ਵੱਲੋਂ ਵੀ ਪੀਪੀ ਕਟਾ ਮੁਹੱਈਆ ਕਰਵਾਈਆਂ ਗਈਆਂ ਹੋਣੀਆਂ ਨਾ ਉੱਥੇ ਉਹਨਾਂ ਦਾ ਮੈਨੂੰ ਪਤਾ ਨਹੀਂ ਮੈਨੂੰ ਇਹ ਪਤਾ ਕਿ ਜਦੋਂ ਅਸੀਂ ਸਪਲਾਈ ਕੀਤੀਆਂ ਉਹਨਾਂ ਕੋਲ ਕਟਾ ਨਹੀਂ ਸੀਗੀਆਂ ਖਬਰਾਂ ਵੀ ਲੱਗੀਆਂ ਸੀ ਉਹ ਦੇਖ ਕੇ ਅਸੀਂ ਫਿਰ ਕੰਟੈਕਟ ਕੀਤਾ ਇਹ ਸਿਵਲ ਹਸਪਤਾਲ ਜਲੰਧਰ ਸਿਵਲ ਸਿਵਲ ਹਸਪਤਲ ਫਗਵਾੜਾ ਤੇ ਐਸਆਈ ਫਗਵਾੜਾ ਇਹ ਹੈਰਾਨੀ ਦੀ ਗੱਲ ਹੈ ਜੀ ਫਗਵਾੜਾ ਸਿਵਲ ਹਸਪਤਲ ਦੇ ਵਿੱਚ ਹੈਂਡ ਗਲਵਜ਼ ਨਹੀਂ ਸਗੇ ਉਹ ਵੀ ਅਸੀਂ ਦੇਖ ਕੇ ਆਏ ਹਾਂ ਸਰਕਾਰ ਦਾ ਕੰਮ ਹੁੰਦਾ ਦੇਸ਼ ਚਲਾਉਣਾ ਇੱਕ ਜਿਹਦਾ ਘਰ ਦਾ ਹੈੱਡ ਹੁੰਦਾ ਉਹਦਾ ਕੰਮ ਹੁੰਦਾ ਕਿ ਕਮਾ ਕੇ ਘਰ ਨੂੰ ਪਰਿਵਾਰ ਨੂੰ ਪਾਲਣਾ ਇਹ ਕੰਮ ਸਰਕਾਰਾਂ ਦਾ ਹੁੰਦਾ ਜੇਕਰ ਰਾਸ਼ਨ ਮੁੱਕ ਗਿਆ ਇਹ ਘਰ ਦੇ ਹੈੱਡ ਦਾ ਕੰਮ ਹੁੰਦਾ ਉਹੀ ਕੰਮ ਹੁੰਦਾ ਇਹਨਾਂ ਸਰਕਾਰਾਂ ਦਾ ਕਿ ਦੇਸ਼ ਵਿੱਚ ਜੋ ਚੱਲ ਰਿਹਾ ਹੈ ਸਰਕਾਰੀ ਹਸਪਤਲ ਹੋ ਗਏ ਜਾਂ ਆਪਣੇ ਸਰਕਾਰੀ ਸਕੂਲ ਹੋ ਗਏ ਜਾਂ ਸੜਕਾਂ ਹੋ ਗਈਆਂ ਅਸੀਂ ਟੈਕਸ ਕਿਉਂ ਭਰਦੇ ਆ ਕਿ ਸਾਨੂੰ ਇਹ ਸਹੂਦਤਾਂ ਮਿਲੇ ਬੇਸਿਕ ਸਹੂਦਤਾਂ ਮਿਲੇ ਜਿਹੜੀ ਕਿ ਇੱਥੇ ਨਹੀਂ ਮਿਲ ਰਹੀ ਕਮ ਸਰਕਾਰਾਂ ਦਾ ਪਰ ਲੋਕ ਇਕੱਠੇ ਹੋ ਕਰ ਰਹੇ ਆ ਸੁਖਵਿੰਦਰ ਜੀ ਆਪ ਜੀ ਦੀ ਸੰਸਥਾ ਵੱਲੋਂ ਅੱਗੇ ਕੀ ਕੀ ਪਲਾਨ ਹੋਣਗੇ ਦੇਖੋ ਤੁਸੀਂ ਟਾਈਮ ਟੂ ਟਾਈਮ ਅਸੀਂ ਜੇ ਜ਼ਰੂਰਤ ਪਈ ਜਿੰਨੇ ਯੋਗੀ ਹੈਗੀ ਸਟ ਸੰਸਥਾ ਉਹ ਸਮਾਜ ਸੇਵਾ ਕਰਦੀ ਰਹੂਗੀ ਤੇ ਇਹਦੇ ਵਿੱਚ ਇਹ ਆ ਕਿ ਜਿਹੜਾ ਇੱਕ ਸਿਸਟਮ ਆ ਇਹ ਬੜਾ ਸਿਆਸੀ ਲੀਡਰ ਨੇ ਭਗਤ ਸਿੰਘ ਰਾਜਗੁਰੂ ਸੁਖਦੇਵ ਵਰਗੇ ਉਦਮ ਸਿੰਘ ਹੁਣੀ ਉਹਨਾਂ ਨੂੰ ਪਤਾ ਸੀ ਕਿ ਇਹ ਜਿਹੜੇ ਲੀਡਰ ਨੇ nehru gandhi ਵਰਗੇ ਇਹ ਗੋਰਾਣ ਰਲੇ ਹੋਏ ਆ ਇਹ ਨਹੀਂ ਸਿਰਫ ਚੇਂਜ ਆ ਫੇਸ ਆ ਉਹ ਕਰ ਰਹੇ ਨੇ ਹੁਣ ਇੱਕ ਜਿਹੜਾ 65 ਸਾਲ ਦਾ ਬੰਦਾ ਹੈ ਜੀ 60 ਕੇ 65 ਸਾਲ ਦਾ ਬੰਦਾ ਰਿਟਾਇਰ ਹੋ ਜਾਂਦਾ 60 ਸਾਲ ਦਾ ਸਰਕਾਰੀ ਮਤਲਬ ਰਿਟਾਇਰ ਹੋ ਜਾਂਦਾ ਇਹ ਲੀਡਰ ਕਿਉਂ ਨਹੀਂ ਹੁੰਦੇ ਇੱਕ ਗੱਲ ਜੀ ਦੂਜੀ ਗੱਲ ਜਿਹੜਾ ਬੰਦਾ ਇੱਕ ਵਰਕਿੰਗ ਹੈਗਾ ਸਰਕਾਰੀ ਜਾਂ ਪ੍ਰਾਈਵੇਟ ਉਹਦੀ ਪੈਨਸ਼ਨ ਇੱਕ ਹੁੰਦੀ ਆ ਤੇ ਉਹਨੂੰ 60 ਸਾਲ ਦਾ 65 ਸਾਲ ਤੋਂ ਬਾਅਦ ਮਿਲਦੀ ਆ ਇਹ ਜੇ 30 ਸਾਲ ਦਾ ਕੋਈ ਐਮ.ਐਲ.ਏ ਬਣ ਗਿਆ ਤਾਂ ਉਹਨੂੰ ਉਦੋਂ ਉਹਦੀ ਪੈਨਸ਼ਨ ਸ਼ੁਰੂ ਹੋ ਜਾਂਦੀ ਆ ਮੇਰੇ ਖਿਆਲ ਬਾਦਲ ਸਾਹਿਬ 10 ਲੱਖ ਕਲੇਮ ਕਰ ਰਹੇ ਨੇ ਇਸ ਟਾਈਮ ਆਈ ਬੀ ਬੀ ਰੋਂਗ 10 ਪੈਨਸ਼ਨ ਐ ਨੂੰ ਨਹੀਂ ਆ ਉਹ ਬੁੱਢਾ ਹੋਇਆ ਉਹ ਮੇਰੇ ਖਿਆਲ ਮਸਲਾ ਹੀ ਦਾਲ ਖਾਂਦਾ ਹੋਣਾ ਹਾਂਜੀ ਬਹੁਤੀ ਉਹਦੀ ਮੂਮੈਂਟ ਵੀ ਹੈਨੀ ਤੇ ਸਿਟਿੰਗ ਐਮ.ਐਲ.ਏ ਉਹਨੂੰ ਕੀ ਜ਼ਰੂਰਤ ਪੈਗੀ 10 ਲੱਖ ਰੁਪਇਆ ਹਰ ਮਹੀਨੇ ਉਹਦੇ ਘਰ ਜਾਂਦਾ ਜਦਕਿ ਲੋਕੀ ਭੁੱਖੇ ਮਰ ਰਹੇ ਨੇ ਇਸ ਸਿਸਟਮ ਚੇਂਜ ਕਰਨਾ ਚਾਹੀਦਾ ਇੱਕ ਤਾਂ ਇਹ ਚਾਹੀਦਾ ਕਿ ਇਹਨਾਂ ਨੂੰ ਜਿਹੜੀ ਪੈਨਸ਼ਨ ਹੋਵੇ ਇੱਕ ਹੋਵੇ ਉਹ ਆਫਟਰ ਸਰਟਨ ਅਏਜ ਹੋਵੇ ਜੋ ਬਾਕੀਆਂ ਲਈ ਆ ਦੂਸਰੀ ਗੱਲ ਹੈ ਕਿ ਜਿਹੜਾ ਇੱਕ ਐਮਐਲਏ ਜਾਂ ਐਮਪੀ ਇਲੈਕਟ ਹੋ ਗਿਆ ਉਹ ਦੂਜੀ ਵਾਰ ਇਲੈਕਟ ਨਹੀਂ ਹੋਣਾ ਚਾਹੀਦਾ ਉਹਦਾ ਇੱਕ ਬਿਊਟੀਫੁਲ ਸੇਇੰਗ ਹੈ ਯੂਕੇ ਦੀ ਲੀਡਰਸ ਪੋਲੀਟੀਸ਼ੀਅਨਸ ਐਂਡ ਨੈਪੀਜ਼ ਸ਼ੁੱਡ ਬੀ ਚੇਂਜਡ ਰੈਗੂਲਰਲੀ ਅਦਰਵਾਈਜ਼ ਦੇ ਸਟਿੰਕ ਉਹੀ ਆਪਣੇ ਲੀਡਰਾਂ ਦਾ ਹਾਲ ਆ ਇਹ ਗੰਦੇ ਹੋ ਚੁੱਕੇ ਆ ਦੋ ਸਾਲ ਦੋ ਟਰਮ ਤੋਂ ਬਾਅਦ ਕੋਈ ਵੀ ਐਮਐਲਐਮਪੀ ਨਹੀਂ ਹੋਣਾ ਚਾਹੀਦਾ ਤੇ ਇਹਨਾਂ ਦੀ ਉਮਰ ਬੰਦ ਹੋਵੇ ਬੈਨ ਹੋਵੇ ਜਿੱਥੇ ਇਹ ਹੈ ਨਾ ਕਿ 60 ਸਾਲ ਤੋਂ ਬੰਦਾ ਬਾਹਰ ਨਹੀਂ ਹੁੰਦਾ ਇਹ ਵੀ ਕੋ ਹੋਵੇ ਨਾ ਇਹ 100-100 ਸਾਲ ਤੱਕ ਲੀਡਰੀ ਕਰੀ ਜਾਂਦੇ ਆ ਹੋਰ ਕੀ ਸਾਡੇ 750 ਕਰੋੜ ਪਾਪੂਲੇਸ਼ਨ ਸਾਡੇ ਕੋਲ ਹੋਰ ਕਿਸੇ ਪਰਿਵਾਰ ਬਾਦ ਉਸੇ ਪਰਿਵਾਰ ਤੋਂ ਲੀਡਰ ਆ ਰਹੇ ਨੇ ਕਿ ਹੋਰ ਕਿਸੇ ਨੋਕਲ ਹੈ ਨਹੀਂ ਇਹ ਸਭ ਚਮਚਾਗਰੀ ਤੇ ਪੈਸਾ ਆ ਇਹ ਸਿਆਸਤ ਨੂੰ ਇਹਨਾਂ ਨੇ ਇੱਕ ਮਨੀ ਮੇਕਿੰਗ ਸੰਸਥਾ ਵਾਂਗ ਬਣਾ ਲਈਆਂ ਤਾਂ ਹੁਣ ਤਾਂ ਆਪਣੀ ਸੈਂਟਰ ਸਰਕਾਰ ਨੇ ਇਹ ਵੀ ਕਹਿ ਦਿੱਤਾ ਕਿ ਤੁਸੀਂ ਜਿਹੜੇ ਪਾਰਟੀ ਫੰਡ ਹੈ ਉਹ ਪੁੱਛ ਨਹੀਂ ਸਕਦੇ ਕਿੱਥੋਂ ਆਏ ਕਿੱਥੇ ਗਏ ਮਤਲਬ ਤੁਹਾਡੀ ਤਨਖਾਹ ਹੋਣੀ ਉਹ ਤੇ ਟੈਕਸ ਆ ਸਾਡੇ ਬਿਜ਼ਨਸ ਦਾ ਟੈਕਸ ਆ ਇਹਨਾਂ ਨੂੰ ਕੋਈ ਪੁੱਛਣ ਵਾਲਾ ਹੀ ਨਹੀਂ ਜਿਵੇਂ ਜਿੱਦਾਂ ਐਮਐਲਏ ਕਹ ਲੋ ਐਮਪੀ ਕਹ ਲੋ ਜਾਂ ਐਮਪੀ ਤੋਂ ਉੱਪਰ ਵੀ ਚਲੀ ਜਾ ਉਹ ਪਰਸਨਲ ਸਿਕਿਉਰਿਟੀ ਆ ਸਰਕਾਰੀ ਸਿਕਿਉਰਿਟੀ ਰੱਖਦੀ ਰੱਖਦੀ ਹੈ ਉਹਨਾਂ ਨੂੰ ਕੱਲ ਤੋਂ ਡੰ ਲੱਗਾ ਜਿਹੜੀ ਐਨੀ ਸਿਕਿਉਰਿਟੀ ਲੈ ਕੇ ਨਾਲ ਤੋਰੇ ਰਹਿੰਦੇ ਇਹ ਇੱਕ ਸਿਕਿਉਰਟੀ ਉਸ ਬੰਦੇ ਨੂੰ ਹੁੰਦੀ ਆ ਜਿਹਨੂੰ ਕੋਈ ਡਰ ਹੋਵੇ ਖਤਰਾ ਹੋਵੇ ਖਤਰਾ ਕਿਹਤੋਂ ਉਹ ਤਾਂ ਉਹ ਜੇ ਤੁਸੀਂ ਮਾਰਾ ਕੀਤਾ ਜੇ ਉਸ ਕਹਿੰਦਾ ਮਾਰਾ ਨਹੀਂ ਕੀਤਾ ਤੁਹਾਨੂੰ ਖਤਰਾ ਕਾਦਾ ਮੈਂ ਕਾਫੀ ਟਰੈਵਲ ਕਰਦਾ ਹਾਂ ਵਰਲਡਵਾਈਡ ਮੈਂ ਤਾਂ ਸਿਕਿਉਰਟੀ ਦੇਖੀ ਨਹੀਂ ਬਹੁਤੀ ਕਿਸੇ ਲੋਕਾਂ ਦੀ ਜਿਹਦਾ ਇੱਥੇ ਤੁਰੇ ਫਿਰਦੇ ਆ ਇੱਥੇ ਤਾਂ ਇੱਕ ਪਾਰਟੀ ਪ੍ਰਧਾਨੇ ਹੀ ਦਸ ਦਸ ਬੰਦੇ ਲਈ ਫਿਰਦਾ ਤਾਂ ਜਦ ਕੇ ਬੈਂਕਾਂ 'ਚ ਡਾਕੇ ਪੈ ਰਹੇ ਆ ਅੱਜ ਕੱਲ ਹਰ ਰੋਜ਼ ਇੱਕ ਪੈ ਰਿਆ ਅੱਗੇ ਤਾਂ ਬਲੇਮ ਕਰਦੇ ਸੀ ਖਾਲਸਤਾਨੀਆਂ ਕਰਦੇ ਹੁਣ ਕੌਣ ਕਰੀ ਜਾ ਰਿਹਾ ਕਿਉਂਕਿ ਉਹ ਜਿਹੜੇ ਬੰਦੇ ਡਿਪਿਊਟ ਪ੍ਰੋਪਰ ਨਹੀਂ ਹੋ ਰਹੇ ਜਿਹੜਾ ਹਸਤਾਫ ਬਹੁਤ ਆ ਪਲੀਜ਼ ਬਹੁਤ ਹੈਗੇ ਆ ਮੁਲਾਜ਼ਮ ਪਰ ਉਹ ਇਹਨਾਂ ਲੀਡਰਾਂ ਦੇ ਮਗਰ ਤੁਰੇ ਫਿਰਦੇ ਆ ਤੁਹਾਡੀ ਸੰਸਥਾ ਬਹੁਤ ਅੱਛਾ ਕੰਮ ਕਰ ਰਹੀ ਹੈ ਠੀਕ ਹੈ ਅਗਰ ਕਿਸੇ ਤੁਹਾਡੇ ਜਿਹੜੇ ਦਰਸ਼ਕ ਤੁਹਾਨੂੰ ਸੁਣਦੇ ਪਏ ਅਗਰ ਤੁਹਾਡੀ ਸੰਸਥਾ ਨਾਲ ਜੁੜਨਾ ਹੋਵੇ ਉਹ ਕਿੱਦਾਂ ਜੁੜ ਸਕਦੇ ਆ ਜਾਂ ਕਿਸ ਨੇ ਸਹਿਯੋਗ ਦੇਣਾ ਹੋਵੇ ਤੁਹਾਡੀ ਸੰਸਥਾ ਨੂੰ ਕਿੱਦਾਂ ਦੇ ਸਕਦਾ ਵੈਰੀ ਸਿੰਪਲ ਜੀ ਸਾਡਾ ਫੇਸਬੁੱਕ ਵੀ ਹੈ ਸਾਡਾ ਅਕਾਊਂਟ ਵੀ ਹੈ ਉਹਦੇ ਵਿੱਚ ਇਸ ਸੰਸਥਾ ਦਾ ਨੇਮ ਹੈ ਜੀ ਕਾਉਂਸਲ ਆਫ ਕਨਸਰਨ ਸਿਟੀਜ਼ਨ ਫਿਕਰੇ ਹੋਣ ਤੇ ਉਹਦੇ ਵਿੱਚ ਜਿਹੜਾ ਵੀ ਜੁੜਨਾ ਚਾਹੁੰਦਾ ਫਿਜ਼ੀਕਲ ਹੈਲਪ ਕਰ ਕਰਨਾ ਚਾਹੁੰਦਾ ਫਾਈਨੈਂਸ਼ਲੀ ਕਰਨਾ ਚਾਹੁੰਦਾ ਮੋਸਟ ਵੈਲਕਮ ਤੇ ਜਿਸ ਤਰ੍ਹਾਂ ਹੁਣ ਕਈ ਵਾਰ ਕਿਤੇ ਪ੍ਰੋਬਲਮ ਆਉਂਦੀ ਕਿਸੇ ਨੂੰ ਉਹ ਸਾਨੂੰ ਦੱਸਦੇ ਆ ਅਸੀਂ ਉੱਥੇ ਜਾ ਕੇ ਕਿਸੇ ਨੂੰ ਪ੍ਰੋਬਲਮ ਵੀ ਆਵੇ ਅਸੀਂ ਉਹ ਵੀ ਸੋਲਵ ਦੀ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਆਂ ਜੇਸੀ ਫਿਕਰੇ ਹੁੰਦੇ ਇਹਦੇ ਸੰਚਾਲਕ ਸੁਖਵਿੰਦਰ ਸਿੰਘ ਲਾਲੀ ਜਿਨ੍ਹਾਂ ਨੇ ਦੱਸਿਆ ਕਿ ਲਾਕਡਾਊਨ ਦੇ ਦੌਰਾਨ ਇਹਨਾਂ ਦੀ ਸੰਸਥਾ ਵੱਲੋਂ ਕੀ ਸੇਵਾ ਨਿਭਾਈ ਗਈ ਔਰ ਇਹ ਵੀ ਦੱਸਿਆ ਕਿ ਜੇ ਕਿਸੇ ਆਪਣੇ ਦਰਸ਼ਕ ਨੇ ਕੋਈ ਇਸ ਸੰਸਥਾ ਦੇ ਨਾਲ ਜੁੜਨਾ ਹੋਵੇ ਜਾਂ ਸਹਿਯੋਗ ਦੇਣਾ ਹੋਵੇ ਉਹ ਕਿੱਦਾਂ ਦੇ ਸਕਦਾ ਕੈਮਰਾਮੈਨ ਜਤਿੰਦਰਾਮ ਵਿਨੈਕ ਸ਼ਰਮਾ ਦੈਨਿਕ ਸਵੇਰਾ ਟੀਵੀ ਜਲੰਧਰ ऑल वर्ल्ड ओपन चैलेंज 17 टाइम गोल्ड मेडलिस्ट मियां रफीक मोहम्मद पंडित मौलवी बेगम तांत्रिक एना चोरा ठग्गा तो सावधान स्पेशलिस्ट वशीकरण सट्टा नंबर लव मैरिज पति पत्नी च अनबन विदेश च पक्का होना कारोबार दा ना चलना सिर्फ 31 घंटे विच समाधान फ्री फ्री फ्री, फ्री मियां रफीक मोहम्मद मोबाइल 8437494647 8437494648 ਸਿਆਸਤ ਵਪਾਰ ਧਰਮ ਅਤੇ ਫਿਲਮ ਜਗਤ ਦੇ ਨਾਲ ਹੁਣ ਕੈਨੇਡਾ ਤੇ ਅਮਰੀਕਾ ਦੀ ਹਰ ਵੱਡੀ ਖਬਰ ਦੇ ਲਈ ਹੁਣੇ ਡਾਊਨਲੋਡ ਕਰੋ ਦੇਸ਼ ਤੀਨ ਨੰਬਰ 1 ਨਿਊਜ਼ ਐਪ ਦੇਨਿਕ ਸਿਰਾ ਟਾਈਮ